वाला जिला प्रधान किसान मजदूर संघर्ष कमेटी पंजाब अज का जिहड़ा धरना आरना पुलिस प्रशासन नाल संबंधित नाल सिविल प्रशासन नाल संबंधित है जेडे हलका विधायक आ कैप्टन दे वे गुंडा गैंग रखी हुई सारी पंजाब दे विच गंद पाया पाया इन्होंने उन्हां दी शहद उत्ते जेडे पुलिस प्रशासन नजायज किसान मजदूरों के उत्ते धक्के कर रहे इस तरह सतत्र कनाला जमीन हड़प्पण लई जिवें जीरे तो इन्होंने परचा 306 का झूठा कराया कचरभान वाले किसानों के दो संतू वाले के किसान आ ते निक्के मोटे जिन्ने भी मसले आ होर कई जिवें बूटे वाले पिंड तो 40 नंबर FIR अज तो 6 महीने पहलों की की हुई है वो जिहड़े वो सारे इन्हां दी गैंग है जिहड़ी हलका विधायक उन्हां दी गोद च बैठे बंदे वो नजायज लोगों के नाल पिंडां च धक्के कर रहे हैं उन्दे विरोध दे विच अज बैठे हाँ जिन्ना चिर मसले का हल नहीं हो जाता सिविल प्रशासन वालों तो पुलिस प्रशासन वालों जिवें स्टे आ जारी करन वाला उत्थे अदालत का स्टे आ अदालत के स्टे होने के बावजूद जिहड़ियां थले दूजियां अदालतां जिहड़ियां सिविल वालियां SDM आ जां DC आ उन्हां कोले उह केस नहीं बनता पर फिर भी वह थले केस चलाई जमीन हड़प्पण दे नाल ना ते थले बिना वजह तो कानून तो बाहर जाके काम कर रहे वो असीं चाहुंदे वी कानून दे नाल चलिया जावे ये जो भी आ प्रशासन वालों जां सिविल है जां पुलिस प्रशासन जिहड़ी आम जनता उन्हां दे नाल बेइंसाफी ना कीता जावे हुण वी साथों पैरी खून दे मारे ने साडे बच्चां ते झूठे परचे कीते आ किन्हां ने करवाए ने परचे परचे करवाए इंदरजीत जी दे बच्चे ने कुलवीर ने परचा करवाया जी ते हुण वी साडे ते झूठे परचे ने कदे पैरी खून मारे पैरी वत्ते जे साडा बच्चा मरिया आ असीं बहुत दुखी परिवार आ साडे ते बहुत यादगां तुमतां ला रहे इस टाइम ते कोई साडे पिंड दे बंदे वी आ कचर भन्नो नहीं कोई कुलवीर जी दा ਕਿੰਨੀ ਜ਼ਮੀਨ ਹੈਗੀ ਹੈ ਸਤਕਰ ਕਨਾਲਾ ਪੈ ਅੱਜ ਜਿਹੜਾ ਧਰਨਾ ਲਾਇਆ ਕਿਸ ਖਾਤਰ ਲਾਇਆ ਇਹ ਇਸੇ ਖਾਤਰ ਲਾਇਆ ਸਾਡਾ ਵੀ ਝੂਠੇ ਪਰਚੇ ਕਰਾਏ ਆ ਸਾਡੇ ਉਹ ਕੈਂਸਲ ਹੋਣੇ ਚਾਹੀਦੇ ਆ ਤੇ ਪੈਲੀ ਸਾਡੇ ਹੱਕ ਵਿੱਚ ਹੋਣੀ ਚਾਹੀਦੀ ਸਾਨੂੰ ਆਂਦੇ ਵੀ ਪੈਲੀ ਛੱਡੋ ਕਿ ਸਾਡੇ ਤਾਂ ਵੀ ਸਾਨੂੰ ਕਬਜ਼ਾ ਦਿਓ ਪੈਲੀ ਛੱਡ ਦਿਓ ਸਾਡੀ ਅਸੀਂ ਪਚਿੱਤੀ ਮੈਂ ਛੱਡ ਦਿਆਂ ਸਾਡੇ ਕੋਲ ਇੰਨੇ ਚਰਨੀਆਂ ਕਰਦੌਰੀਆਂ ਵਗ ਗਏ ਸਾਡੇ ਬੱਜੋ ਗਵਾਂਢ ਸੀ ਸਾਡਾ ਕੇਸ ਚੱਲੀ ਜਾਂਦਾ ਅਜੇ ਸਾਨੂੰ ਦਬਾਉਂਦੇ ਵੀ ਬਹੁਤ ਜ਼ਿਆਦਾ ਕੁਲਵੀਰ ਜਿਹੜਾ ਪਾਸੇ ਅਸੀਂ ਬਹੁਤ ਬੋਲਦਾ ਬੱਚਿਆਂ ਨੂੰ ਸਾਡੇ ਨੂੰ ਨਿੱਕੇ ਨਿੱਕੇ ਬੱਚੇ ਮੇਰੇ ਘਰ ਵਾਲਾ ਮਰਿਆ ਸੀ ਜਿਹੜਾ ਮੇਰਾ ਅੱਜ ਬੱਚੇ ਦੇ ਪਰਚਾ ਉਸ ਟਾਈਮ 'ਤੇ 4 ਮਹੀਨਿਆਂ ਦਾ ਬੱਚਾ ਸੀ ਉਹ ਅਤੇ ਬਹੁਤ ਚਿਰ ਦੀ ਅਸੀਂ ਪੈਲੀ ਵਾਹੁੰਦੇ ਮੇਰੇ ਆਉਣ ਤੋਂ ਪਹਿਲਾਂ ਪੈਲੀ ਵਗੈਂਦੇ 70 ਸਾਲ ਪੈਲੀ ਵਗੀ ਦੇ ਨਹੀਂ ਹੋ ਗਏ ਇਹ ਕਿਹੜਾ ਅਸੀਂ ਕਿਸੇ ਤੋਂ ਕੋਈ ਆ ਅੱਜ ਗਾਂ ਸਾਡੇ ਬੱਚਿਆਂ ਨੂੰ ਇੱਡਾ ਕੁ ਵਕਤ ਬਣਿਆ ਵਕਤ 'ਚ ਹੀ ਪਲਿਆ ਅਤੇ ਵਕਤ 'ਚ ਹੀ ਤਰਿਆ ਸਕਦਾ ਬੱਚਾ ਮੇਰਾ ਇੰਨਾ ਕੁ ਸਾਨੂੰ ਪਿੰਡ ਵਾਲਿਆਂ ਵੀ ਦੁਖੀ ਕੀਤਾ ਕੱਚਰ ਭੰਨ 'ਚ ਵੀ ਲੰਬਰਦਾਰਾਂ ਉੱਧਰੋਂ ਸਾਨੂੰ ਕੁਲਵੀਰ ਜੀੜਾ ਵੀ ਆਉਂਦਾ ਪੈਲੀ ਖਾਲੀ ਕਰੋ ਸਾਡੇ ਕਬਜ਼ਾ ਦਿਓ ਹੁਣ ਪੱਕੀ ਫਸਲ ਕਿਉਂ ਨਹੀਂ ਕਬਜ਼ਾ ਦੇ ਸਕਦੇ ਅੱਜ ਤੱਕ ਸਾਡੇ ਖਾਤਾ ਪਾਉਣ ਦੇ ਸੰਬੰਧੇ ਇਸ ਤਰ੍ਹਾਂ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਇੰਦਰ ਸਿੰਘ ਕੱਲੀ ਵਾਲਾ ਨਾਲ ਸਾਡੂ ਆਗੂ ਸਾਹਿਬਾਨ ਖੜੇ ਆ ਅੱਜ ਜੋ ਇੱਥੇ DC ਤੇ SSP ਦੇ ਕੰਪਲੈਕਸ ਦੇ ਸਾਹਮਣੇ ਸਾਂਝੇ ਕੰਪਲੈਕਸ ਦੇ ਸਾਹਮਣੇ ਅਸੀਂ ਧਰਨਾ ਸ਼ੁਰੂ ਕਰਨ ਜਾ ਰਹੇ ਹਾਂ ਇਹ ਧਰਨੇ ਦੇ ਮੁੱਦੇ ਜਿਹੜੇ ਆ ਕੁਲਵੀਰ ਸਿੰਘ ਜੀਰਾ ਹਲਕਾ ਵਿਧਾਇਕ ਵੱਲੋਂ 306 ਦਾ ਝੂਠਾ ਪਰਚਾ 500% ਝੂਠਾ ਪਰਚਾ ਜਿਹੜਾ ਉਹ ਕਰਵਾਇਆ ਗਿਆ ਕੱਚਰਪੰਨ ਤੇ ਸੰਤੂ ਵਾਲਿਆਂ ਦੇ ਕਿਸਾਨਾਂ ਤੇ ਜਿਨ੍ਹਾਂ ਕੋਈ ਲੈਣਾ ਦੇਣਾ ਨਹੀਂ ਪੁਲਿਸ ਪ੍ਰਸ਼ਾਸਨ ਮੰਨ ਲਿਆ ਝੂਠਾ ਪਰਚਾ ਪਰ ਫਿਰ ਵੀ ਇਹਨਾਂ ਨੇ ਉਹ ਝੂਠਾ ਪਰਚਾ 306 ਦਾ ਉਹਨਾਂ ਦੇ ਕੀਤਾ ਇਸੇ ਤਰੀਕੇ ਦੇ ਨਾਲ ਆਂਦੇ ਅਸੀਂ ਪਰਚਾ ਅਸੀਂ 10 ਦਿਨ 'ਚ ਰੱਦ ਕਰ ਦਾਂਗੇ ਜੇ ਤੱਕ ਉਹ ਰੱਦ ਨਹੀਂ ਕੀਤਾ ਇਹਦੇ ਨਾਲ ਹੋਰ ਵੀ ਸਾਰੇ ਥਾਣਿਆਂ ਨਾਲ ਜਿਹੜੇ ਫਿਰੋਜ਼ਪੁਰ ਦੇ ਆ ਉਹਨਾਂ ਨਾਲ ਬੜੀਆਂ ਸ਼ਿਕਾਇਤਾਂ ASIਆਂ ਨੇ ਥਾਣੇਦਾਰਾਂ ਨੇ ਪੈਸੇ ਲੈ ਹੋਏ DSPਆਂ ਨੇ ਉਹ ਵੀ ਸ਼ਿਕਾਇਤਾਂ ਦਿੱਤੀਆਂ ਹੋਈਆਂ ਕੁਝ ਧੱਕੇ ਹੋਏ ਪਏ ਆ ਕਿਸਾਨਾਂ ਦੀ ਸੁਣਵਾਈ ਨਹੀਂ ਜਿਸ ਤਰ੍ਹਾਂ ਹਲਕਾ ਵਿਧਾਇਕ ਕਹਿੰਦੇ ਉਸ ਤਰ੍ਹਾਂ ਹੋ ਰਿਹਾ ਉਹ ਸਾਰਾ ਸਾਡਾ ਇੱਕ ਮਸਲਾ ਵਾ ਇਹਦੇ ਨਾਲ ਜਿਹੜੇ ਕੱਚਰਪੰਨ ਵਾਲੇ ਕਿਸਾਨ ਜਿਹਦਾ ਕਰਕੇ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਉਹਨਾਂ ਦੀ 77 ਕਨਾਲ ਜ਼ਮੀਨ ਦਾ ਜਿਹੜਾ ਪਹਿਲਾਂ ਵੀ ਉਹਨਾਂ ਦਾ ਜਿੰਦਰ ਸਿੰਘ ਦਾ 24 ਸਾਲਾ ਨੌਜਵਾਨ ਜਿੰਦਰ ਸਿੰਘ ਖੁਦਕੁਸ਼ੀ ਕਰ ਗਿਆ 30 ਅਪ੍ਰੈਲ 2018 ਨੂੰ ਉਹੀ ਮਸਲਾ ਵਾ ਉਦੋਂ ਵੀ ਖੁਦਕੁਸ਼ੀ ਜਦੋਂ ਕੀਤੀ ਉਦੋਂ ਵੀ ਇੰਦਰਜੀਤ ਜੀਰੇ ਦੇ ਗੈਂਗ ਨੇ ਕੁਲਵੀਰ ਜੀਰੇ ਦੇ ਪਿਤਾ ਜੀ ਨੇ ਨਾਲ ਰਿਸ਼ਪਾਲ ਸਿੰਘ ਡਾਕਟਰ ਜੀ ਨੇ ਰਜਿਸਟਰੀ ਕਰਵਾਈ ਹੈ ਧੋਖੇ ਨਾਲ 80 ਸਾਲ ਤੋਂ ਜ਼ਮੀਨ ਵਾਰ ਰਿਹਾ ਉਹ ਜਿਹੜਾ ਵਾ ਉਦੋਂ ਉਹਨਾਂ ਹਮਲਾ ਕੀਤਾ ਸੀ ਅਜੇ ਉੱਤੇ ਵੀ ਕੋਈ ਇਹਨਾਂ ਕਾਰਵਾਈ ਨਹੀਂ ਕੀਤੀ ਉਹ ਵੀ ਅਜੇ ਚੰਡੀਗੜ੍ਹ ਇਨਕੁਆਇਰੀ ਸਾਡੀ ਰੋਲਦੀ ਫਿਰਦੀ ਆ ਵੀਡੀਓ ਫੁਟੇਜ ਸਾਡੇ ਕੋਲ ਆ ਵੀਡੀਓ ਫੁਟੇਜ ਸਾਹਮਣੇ ਦਿਸ ਰਿਹਾ ਵੀ ਜਿਹੜਾ ਹਮਲਾ ਕਰ ਰਿਹਾ ਇੰਦਰ ਜੀਰਾ ਬਾਕੀ ਸਾਰਾ ਗੈਂਗ ਲਾਸ਼ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਆ ਲਾਸ਼ ਦੇ ਮਗਰ ਭੱਜੇ ਫਿਰਦੇ ਉਹ ਲਾਸ਼ ਜਿਹੜੀ ਖੁਦਕੁਸ਼ੀ ਪੀੜਤ ਪਰਿਵਾਰ ਦੀ ਸੀ ਇਹਦੇ ਨਾਲ ਜਿਹੜਾ ਇਸ ਵੇਲੇ ਹੁਣ ਕੀ ਬਣ ਰਿਹਾ ਆੜਾ ਪਰਚਾ ਕਰਾ ਇਹਦੀ ਮਨਸ਼ਾ ਕੀ ਆ ਵੀ ਜਿਹੜਾ ਧਾਰੀਵਾਲ SDM ਪਹਿਲਾਂ ਸੀ ਜੀਰੇ ਨਰਿੰਦਰ ਸਿੰਘ ਉਹਨਾਂ ਤੋਂ ਜਾਣਦੇ ਜਦੋਂ 24/9 ਨੂੰ ਉਹਨਾਂ ਤੇ ਫੈਸਲੇ 'ਚ ਆਪਣੇ ਹੱਕ 'ਚ ਕਰਾਉਂਦੇ ਆ ਜਦੋਂ ਕਿ ਸਿਵਲ ਅਦਾਲਤ ਦਾ ਸਟੇ ਉਹਨਾਂ ਨੂੰ ਕੋਲ ਆ 21 ਜਨਵਰੀ ਤੱਕ ਹੁਣ ਤੱਕ ਵੀ ਅਜੇ 21 ਜਨਵਰੀ ਤੱਕ ਚੱਲੂ ਆ ਉਹਦੇ ਬਾਵਜੂਦ ਵੀ ਅਸਰੀਮੇ ਕੋ ਗੈਰ ਕਾਨੂੰਨੀ ਤੌਰ ਤੇ ਜਿਹੜੇ ਆਪਣੇ ਆਰਡਰ ਆਪਣੇ ਹੱਕ 'ਚ ਕਰਾਉਂਦੇ ਆ ਸਾਡੇ ਜਿਹੜੀ ਪੀੜਤ ਪਰਿਵਾਰ ਆ ਉਹ ਪੀੜਤ ਤੇਰੇ ਆ 70 ਕਨਾਲ ਜ਼ਮੀਨ ਵਾਲੀ ਉਹਨਾਂ ਨੇ DC ਦੇ ਅਪੀਲ ਪਾਈ ਆ
वह पील पाई नू अज जरा दस बारह बारहवें महीने दस तरीक की पील पई हुई है। डी सी सुनवाई नहीं कर रहा थले जो हूँ एस डी एम उ जोड़ा रणजीत सिंह भुलर आनी कारवाई करी जा रहा वह अपनी कारवाई करके तो उन्होंने कब्जा कराने की नीत नाल सारी कारवाई थले करी जाता। डी सी स्टे नहीं जारी कर रहा अपने को सुनवाई नहीं कर रहा। कल भी तरीक से फिर 21 तरीक पाती आ साड़ी मंग आ भी एक तो जरा 306 का परचा करवाया इस करके उन्होंने भी 306 का परचा करवाया इस करके आ भी उन्होंने 306 का परचा कराओ किसानों के उत्ते तो उन्होंने इधरों जी एस डी एम तो करवा के 77 कनाल जमीन वो खोई जाए इन्होंने दबाव बना के इन्होंने जेल च कलिया जाए। इस मनसा ना झूठा परचा कराया गया। दूजा यह भी वह साफ गल हो गई भी जोड़ा डीसी जरा जो कोई फैसला नहीं लै रहा। साड़ी यही मंग आ भी डिप्टी कमिश्नर फिरोजपुर वह जरा वा स्टे तुरंत जारी करे क्योंकि उन्होंने दादा स्टे आ पेल ही मिले हुआ सिविल का वह आधार से उन्होंने स्टे जारी करके जो अपील पाती आ तो सुनवाई अपने को लिया वो भी गोल मोल करके थले नू कली जाता थले एस डी एम करी जाता जी मेरे तो सियासी दबाव आ मैं अपनी कार्रवाई करी जाता जिन्ना चेर जरा वा डीसी स्टे नहीं करता। साड़ी मंग आ भी डिप्टी कमिश्नर तुरंत स्टे जारी करे जो 306 का झूठा परचा जरा मनी हुई मंग मुताबक आ और रद्द किया जाए जोड़े बख बख थाने जिन्हें मसले आ फिरोजपुर के वो सारे हल किए जिंदियाँ शिकायतें दिखा हुई वा सारिया एस एस पी इतने जोड़े फिरोजपुर वाले आदि नाल साड़ी मंग है भी पंजाब सरकार ने मुख्यमंत्री मीटिंगा लग चुकी 16 सितंबर उस तो बाद 10 दिसंबर 2019 जोड़े है करण अवतार सिंह चीफ सैकटरी उन्होंने मीटिंग लग चुकी आ 14 मनिया हुई मंगा जो मार्च साडा मोर्चा लगा ही रेलों रुकिया सगिया वो अजय 14 मनिया हुई मंगा जो एक मंग लागू नहीं वो लागू कित हड़ पीड़ित मुआवजा दिता जाए एक रुपया नहीं जरा अरकी वाली जिन्हें पंजाब जिला फिरोजपुर किसानों की फसल तबाह हुई है एक रुपया नहीं दिता जरा कि पिछले साल का मुआवजा 17-18 का अजय 7 करोड़ रुपया किसानों का वो बकाया पाया वा।